ਆਵਾਜਾਈ ਨਿਯਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਤਹਿਤ ਜ਼ਿਲ੍ਹਾ ਟਰਾਂਸਪੋਰਟ ਅਫਸਰ ਇੰਦਰਪਾਲ ਸਿੰਘ ਨੇ ਜੀਟੀ ਰੋਡ ਮੰਜੀ ਸਾਹਿਬ ਨੇੜੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤਕਰੀਬਨ 20 ਵਾਹਨਾਂ ਦੇ ਚਲਾਨ ਕੱਟੇ ਅਤੇ ਥਾਣੇ ਅੰਦਰ ਬੰਦ ਕਰ ਦਿੱਤੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟਰਾਂਸਪੋਰਟ ਅਫਸਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 2 ਟੂਰਿਸਟ ਬੱਸਾਂ, 6 ਸਕੂਲੀ ਬੱਸਾਂ ਅਤੇ 10 ਟਰੱਕਾਂ ਦੇ ਚਲਾਨ ਕੱਟੇ ਹਨ। ਉਨ੍ਹਾਂ ਦੱਸਿਆ ਕਿ ਸਕੂਲੀ ਬੱਸਾਂ ਅਤੇ ਟਰੱਕਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ ਅਤੇ ਇਹ ਓਵਰਲੋਡਿਡ ਵੀ ਸਨ। ਅੱਛਾ, ਜਿਹੜਾ ਤੁਸੀਂ ਅੱਜ ਇੱਥੇ ਚਲਾਨ ਕਰ ਰਹੇ ਹੋ, ਕੀ ਗੱਡੀਆਂ ਫੜ ਕੇ ਕੀ ਚੈੱਕ ਕੀਤੀਆਂ? ਅਸੀਂ ਟੂਰਿਸਟ ਬੱਸਾਂ ਚੈੱਕ ਕੀਤੀਆਂ, 2 ਟੂਰਿਸਟ ਬੱਸਾਂ ਦੇ ਚਲਾਨ ਕੀਤੇ ਹੈ ਅਤੇ ਉਸ ਤੋਂ ਇਲਾਵਾ ਸਕੂਲ ਬੱਸਾਂ ਦੇ ਅਸੀਂ ਚਲਾਨ ਕੀਤੇ ਹੈ, ਜਿਨ੍ਹਾਂ ਦੀ 6 ਸਕੂਲ 6 ਬੰਦ ਸਕੂਲ ਦੇ ਟੈਸਟ ਪੇਪਰ ਪੂਰੇ ਨਹੀਂ ਸੀਗੇ ਜਾਂ ਓਵਰਲੋਡ ਸੀਗੀਆਂ, ਬੱਚੇ ਓਵਰਲੋਡ ਕੇ ਜਾ ਰਹੀਆਂ ਸੀਗੀਆਂ। ਇਸ ਤੋਂ ਇਲਾਵਾ ਟਰੱਕਾਂ ਦੇ ਚਲਾਨ ਕੀਤੇ ਹੈ ਜਿਨ੍ਹਾਂ ਦੇ ਪੇਪਰ ਪੂਰੇ ਨਹੀਂ ਸੀ ਜਾਂ ਓਵਰਲੋਡ ਕਰ ਰਹੇ ਸੀ। 2 ਟਰੱਕਾਂ ਦੇ ਕੋਲ ਟੈਕਸ ਨਹੀਂ ਪੰਜਾਬ ਭਰਿਆ ਸੀ, ਉਹ ਵੀ ਬੰਦ ਕੀਤੇ ਹਨ। ਟੋਟਲ ਅਸੀਂ 2 ਟੂਰਿਸਟ ਬੱਸਾਂ ਅਤੇ 6 ਸਕੂਲ ਬੱਸਾਂ ਅਤੇ 10 ਟਰੱਕਾਂ ਦੇ ਚਲਾਨ ਕੀਤੇ। ਜਿਹੜੀਆਂ ਸਕੂਲ ਬੱਸਾਂ ਦੀ ਕੀ ਕਮੀ ਪਾਈ ਗਈ ਜਿਹੜੀਆਂ ਉਹ ਬੰਦ ਕੀਤੀਆਂ ਗਈਆਂ? ਸੇਫ ਬਾਲ ਸਕੂਲ ਦੇ ਸੇਫ ਬਾਲ ਸਕੂਲ ਸਕੀਮ ਜਿਹੜੀ ਹੈ ਉਹਦੇ ਤਹਿਤ ਉਹਨਾਂ ਦੇ ਕੋਲ ਦਸਤਾਵੇਜ਼ ਪੂਰੇ ਨਹੀਂ ਸੀਗੇ ਅਤੇ 1-2 ਗੱਡੀਆਂ ਦੇ ਟੈਕਸ ਵੀ ਨਹੀਂ ਭਰਿਆ ਹੋਇਆ ਸੀਗਾ, ਇਸ ਕਰਕੇ ਉਹਨਾਂ ਨੂੰ ਚਲਾਨ ਕਰਕੇ ਬੰਦ ਕਰਿਆ। ਅਤੇ ਬਾਕੀ ਜਿਹੜੀਆਂ ਗੱਡੀਆਂ ਦੇ ਕੀ ਘਾਟਾਂ ਸੀਗੀਆਂ ਜੀ? ਜਿਹੜੀ 1 ਟੂਰਿਸਟ ਬੱਸ ਓਵਰਲੋਡ ਸੀਗੀ, ਉਹਦਾ ਓਵਰਲੋਡ ਦਾ ਚਲਾਨ ਕੀਤਾ। 1 ਟੂਰਿਸਟ ਬੱਸ ਨੇ ਪੰਜਾਬ ਦਾ ਟੈਕਸ ਨਹੀਂ ਭਰਿਆ ਸੀਗਾ, ਉਹਦਾ ਚਲਾਨ ਕਰਕੇ ਉਹਨੂੰ ਬੰਦ ਕਰਤਾ। ਜਿਹੜੀਆਂ ਗੱਡੀਆਂ ਦੇ ਜੀ ਕਿੰਨੀ ਥਾਂ 'ਤੇ ਜਿਹੜਾ ਨੰਬਰ ਲਿਖਿਆ ਹੋਣਾ ਚਾਹੀਦਾ ਟਰੱਕ 'ਤੇ? ਅੱਗੇ ਅਤੇ ਪਿੱਛੇ ਦੋਨੇ ਪਾਸੇ ਜ਼ਰੂਰ ਲਿਖਿਆ ਹੋਣਾ ਚਾਹੀਦਾ ਅਤੇ ਸਾਈਡ 'ਤੇ ਵੀ ਖੱਬੇ ਪਾਸੇ ਉਹਦੇ ਨੰਬਰ ਲਿਖਿਆ ਹੋਣਾ ਚਾਹੀਦਾ। ਅਤੇ ਹੋਰ ਕੀ ਦੱਸਣਾ ਚਾਹੁੰਦੇ ਹੋ ਟ੍ਰੈਫਿਕ ਬਾਰੇ, ਜਿਹੜਾ ਜੀ ਕਿਵੇਂ ਜਿਹੜੀਆਂ ਸੇਫਟੀ ਚੱਲ ਸਕਣ ਵੀ ਇਹਨਾਂ ਦਾ ਚਲਾਨ ਹੋ ਨਾ ਹੋ? ਇਸ ਤੋਂ ਇਲਾਵਾ ਜਿਵੇਂ ਓਵਰਲੋਡ ਟਿੱਪਰ ਵਗੈਰਾ ਚੱਲਦੇ ਨੇ ਰਿਤ ਉਹ ਕਰਦੇ ਨੇ, ਅਸੀਂ ਇੱਕ ਟਿੱਪਰ ਦਾ ਵੀ ਚਲਾਨ ਕੀਤਾ ਜਿਹੜਾ ਓਵਰਲੋਡ ਸੀਗਾ ਰਿਤਾ, ਉਹਦੇ ਕੋਲ ਲੱਗੀ ਹੋਈ ਸੀ, ਉਹਦਾ ਚਲਾਨ ਕੀਤਾ।